ਹੁਣ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ ਇਸ ਨੰਬਰ ਏ, ਕਹਿੰਦੇ ਪੰਜ ਨਿਵਾਜਾ, ਪੰਜ ਵਕਤ, ਪੰਜਾ ਪੰਜੇ ਨੌ। ਅੱਗੋਂ ਇਹਦੀ ਤਫਸੀਰ ਕਿਹੜੀ ਕਹਿੰਦੇ ਨੇ, ਨਮਾਜ਼ ਕਿਹੜੀ ਹੋਣੀ ਚਾਹੀਦੀ ਹੈ। ਪਹਿਲਾ ਸੱਚ, ਜਿਹੜੀ ਪਹਿਲੀ ਨਮਾਜ਼ ਹੈ ਉਹ ਸੱਚ ਦੀ ਹੋਵੇ। ਪਹਿਲਾ ਸੱਚ ਹਲਾਲ ਦੋਏ, ਦੂਜੀ ਹਲਾਲ ਦੀ ਕਮਾਈ ਦੀ ਨਮਾਜ਼ ਹੋਵੇ। ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਈ, ਖੁਦਾ ਦੇ ਨਾਂ ਤੇ ਖੈਰ ਮੰਗ ਲੋਕਾਂ ਦੀ। ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਯਤ ਰਾਸ, ਨੀਯਤ ਨੂੰ ਠੀਕ ਕਰ। ਚੌਥੀ ਨੀਯਤ ਰਾਸ ਮਨ, ਪੰਜਵੀਂ ਸਿਫਤ ਸੁਣਾਏ। ਇਹ ਪੰਜ ਨਮਾਜ਼ਾਂ ਦੀ ਉਹਨਾਂ ਨੇ ਡੈਫੀਨੇਸ਼ਨ ਦਿੱਤੀ ਗੁਰਬਾਣੀ ਵਿੱਚ ਕਿ ਹੇ ਮੁਸਲਮਾਨੋ, ਹੇ ਇਸਲਾਮ ਨੂੰ ਫਾਲੋ ਕਰਨ ਵਾਲਿਓ, ਤੁਸੀਂ ਮਸਜਿਦ ਵਿੱਚ ਜਾਓ, ਨਮਾਜ਼ ਕਰੋ, ਪਰ ਨਮਾਜ਼ ਕਰਨ ਲਈ ਤੁਹਾਡਾ ਧਿਆਨ ਇਹਦੇ 'ਚ ਨਾ ਹੋਵੇ ਕਿ ਮੇਰੇ ਬਿਜ਼ਨਸ ਨੂੰ ਘਾਟਾ ਤਾਂ ਪੈ ਜਾਏਗਾ, ਜਾਂ ਤੁਸੀਂ ਕਿਸੇ ਦੁਸ਼ਮਣ ਦਾ ਬੁਰਾ ਭਲਾ ਸੋਚਣ ਲੱਗੋ, ਤੁਹਾਡੀ ਨੀਅਤ ਖੋਟੀ ਹੋ ਜਾਏ। ਤੁਸੀਂ ਹਲਾਲ ਦੀ ਗੱਲ ਨਾ ਕਰੋ, ਹਰਾਮ ਦੀ ਗੱਲ ਕਰੋ, ਸੱਚ ਦੀ ਗੱਲ ਨਾ ਕਰੋ, ਕੂੜ ਦੀ ਗੱਲ ਕਰੋ, ਝੂਠ ਦੀ ਗੱਲ ਕਰੋ। ਜੇ ਉਹ ਗੱਲਾਂ ਪੰਜੇ ਤੁਹਾਡੀ ਨਮਾਜ਼ ਦੇ ਵਿੱਚ ਹੈ ਨਾ, ਤੇ ਫਿਰ ਉਹ ਨਮਾਜ਼ ਅੱਲਾਹ ਨੂੰ ਕਬੂਲ ਨਹੀਂ। ਜੇ ਇਹ ਗੱਲਾਂ ਨੂੰ ਮਾਇੰਡ 'ਚ ਰੱਖੋਗੇ, ਮਨ ਵਿੱਚ ਰੱਖੋਗੇ, ਦਿਲ 'ਚ ਰੱਖੋਗੇ, ਤੇ ਤੁਹਾਡੀ ਜਿਹੜੀ ਦੁਆ ਹੈ, ਤੁਹਾਡੀ ਨਮਾਜ਼ ਹੈ, ਉਹ ਅੱਲਾਹ ਦੇ ਦਰ 'ਚ ਕਬੂਲ ਹੋਏਗੀ ਜੀ। ਇਹ ਬਾਬਾ ਨਾਨਕ ਕਹਿ ਰਿਹਾ ਜੀ। ਅੱਗੋਂ ਜਾ ਕੇ ਇੱਕ ਹੋਰ ਸ਼ਬਦ ਗੁਰੂ ਨਾਨਕ ਦਾ ਹੈ, ਕਹਿੰਦਾ ਮੁਸਲਮਾਨ ਕਹਾਵਣ ਮੁਸ਼ਕਲ, ਔਖਾ ਨਹੀਂ ਇਹ, ਸੌਖਾ ਨਹੀਂ ਕੰਮ। ਸੱਚਾ ਮੁਸਲਮਾਨ ਬਣਨਾ ਬਹੁਤ ਔਖਾ ਹੈ। ਮੁਸਲਮਾਨ ਕਹਾਵਣ ਮੁਸ਼ਕਲ, ਜਾਂ ਹੋਏ ਤਾਂ ਮੁਸਲਮਾਨ ਕਹਾਵੇ। ਜੇ ਸੱਚਾ ਮੁਸਲਮਾਨ ਹੈ ਤੇ ਤਾਂ ਹੀ ਉਹ ਮੁਸਲਮਾਨ ਕਹਾਉਣ ਦਾ ਹੱਕਦਾਰ ਹੈਗਾ। ਅੱਗੋਂ ਕੀ ਕਹਿੰਦੇ ਨੇ, ਅਵਲ ਔਲ ਦੀਨ ਕਰ ਮਿੱਠਾ, ਮਸਕਲ ਮਾਨਾ ਮਾਲ ਮੁਸਾਵੈ, ਹੋਏ ਮੁਸਲਮ ਦੀਨ ਮੁਹਾਣੈ, ਮਰਨ ਜੀਵਨ ਕਾ ਭਰਮ ਚੁਕਾਵੈ, ਰੱਬ ਕੀ ਰਜਾਏ ਮੰਨੇ ਸਿਰ ਉੱਪਰ, ਰੱਬ ਦਾ ਹੁਕਮ ਮੰਨੇ, ਰੱਬ ਕੀ ਰਜਾਏ ਮੰਨੇ ਸਿਰ ਉੱਪਰ, ਕਰਤਾ ਮੰਨੇ ਆਪ ਗਵਾਵੇ, ਤੋ ਨਾਨਕ ਸਰਬ ਜੀਆ ਮਿਹਰਮਤ, ਹੋਏ ਤਾਂ ਮੁਸਲਮਾਨ ਕਹਾਵੈ। ਬਾਬਾ ਨਾਨਕ ਨੇ ਕਿਸੇ ਥਾਂ ਤੇ ਵੀ ਇਸਲਾਮ ਦਾ ਵਿਰੋਧ ਨਹੀਂ ਕੀਤਾ। ਜੇ ਵਿਰੋਧ ਕੀਤਾ ਹੈ, ਜ਼ੁਲਮ ਦਾ ਕੀਤਾ ਹੈ, ਇੰਤਹਾ ਦਾ ਕੀਤਾ ਹੈ, ਜਿਵੇਂ ਉਹਨਾਂ ਨੇ ਕਹਿਤਾ ਬਾਬੇ ਬਾਬਰ ਵੱਲੋਂ, ਪਾਪ ਕੀ ਜੰਜ ਲੈ ਕਾਬਲੋ ਧਾਇਆ, ਜੋਰੀ ਮੰਗੈ ਦਾਨਵੇ ਲਾਲੋ।